ਬਿਲਕੁਲ, ਮੈਂ ਤਾਂ ਹੁਣ ਤੱਕ ਇਸ ਗੱਲ ਨੂੰ ਇਲੈਕਸ਼ਨ ਦੇ ਵਿੱਚ ਵੀ ਬਹੁਤ ਪ੍ਰਚਾਰਿਆ ਸੀ ਇਸ ਗੱਲ ਨੂੰ ਵੀ ਸੈਂਟਰ ਅਤੇ ਸਟੇਟ ਦੋਨੋਂ ਇਸ ਗੱਲ ਵੱਲ ਕੋਈ ਧਿਆਨ ਨਹੀਂ ਦੇ ਰਹੇ। ਸਟੇਟ ਵੀ ਕਾਰਵਾਈ ਕਰ ਸਕਦੀ ਹੈ ਕੁਛ ਨਾ ਕੁਛ, ਤਾਂ ਘੱਟੋ ਘੱਟ ਉਹਦੀ ਕੰਪਲੇਂਟ ਤਾਂ ਸੈਂਟਰ ਗੌਰਮੈਂਟ ਦੇ ਅੱਗੇ ਰੱਖ ਹੀ ਸਕਦੀ ਹੈ। ਤਾਂ ਲਾਰੈਂਸ ਦਾ ਤਾਂ ਦੇਖੋ, ਮੈਂ ਤਾਂ ਪਹਿਲਾਂ ਵੀ ਕਿਹਾ ਸੀ ਵੀ ਉਹਨੂੰ ਜੇਲ੍ਹ ਦੇ ਵਿੱਚ ਜਿਹੜੀਆਂ ਹੋਸਟਲ ਵਰਗੀਆਂ ਸਹੂਲਤਾਂ ਸਾਰੀਆਂ ਦਿੱਤੀਆਂ ਹੋਈਆਂ ਨੇ। ਦੇਖੋ ਹੁਣ ਤਾਂ ਕਲੀਅਰ ਕੱਟ ਜਿਹੜੀ ਹੈ ਉਹਦੀ ਵੀਡੀਓ ਦੇ ਉੱਤੇ, ਔਰ ਪਾਕਿਸਤਾਨ ਦੇ ਜਿਹੜੇ ਕੋਈ ਅੰਡਰਵਰਲਡ ਦੇ ਵੱਡੇ ਬੰਦੇ ਨੇ ਜਾਂ ਜਿਹੜੇ ਵੱਡੇ ਕ੍ਰਿਮੀਨਲ ਨੇ, ਉਹਨਾਂ ਦੇ ਨਾਲ ਵੀ ਉਹ ਸਾਰੀ ਸਾਂਠ ਗਾਂਠ ਕਰ ਰਿਹਾ ਹੈ। ਅਤੇ ਸੰਭਾਵਨਾ ਉਹ ਸਾਰੀ ਡੀਲ ਅਸਲੇ ਤੋਂ ਲੈ ਕੇ ਸਾਰੀ ਉਹਨਾਂ ਦੇ ਨਾਲ ਉਹਦੀ ਚੱਲ ਰਹੀ ਹੈ। ਪਰੰਤੂ ਬੜੇ ਅਫਸੋਸ ਨਾਲ ਇਹ ਗੱਲ ਕਹਿਣੀ ਪੈਂਦੀ ਵੀ ਸਾਡੀ ਨਾ ਸੈਂਟਰ ਨਾ ਸਟੇਟ ਕੋਈ ਵੀ ਸਰਕਾਰ ਇਸ ਗੱਲ ਦੇ ਉੱਤੇ ਧਿਆਨ ਨਹੀਂ ਦੇ ਰਹੀ। ਅਤੇ ਇਨਫੋਰਮੇਸ਼ਨ ਦੇ ਕੇ ਵੀ ਕੀ ਕਰਾਂਗੇ ਉਹਨਾਂ ਨੂੰ, ਵੀ ਪਤਾ ਤੁਹਾਨੂੰ ਸਾਰੀ ਗੱਲ ਦਾ ਹੈਗਾ, ਪਰੰਤੂ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦਾ। ਔਰ ਬਿਸ਼ਨੋਈ ਤਾਂ ਲਗਭਗ ਹੀ ਗੌਰਮੈਂਟ ਦੇ ਸਮਰਥਨ ਦੇ ਨਾਲ ਹੀ ਚੱਲ ਰਿਹਾ, ਇਹਦੇ 'ਚ ਕੋਈ ਦੋ ਰਾਏ। ਕੀ ਲੱਗਦਾ ਹੈ ਕਿਵੇਂ ਦੇਖ ਦੋਗੇ, ਸਰਕਾਰਾਂ ਕਿਉਂ ਨਹੀਂ ਇਹਦੇ 'ਤੇ ਕਾਰਵਾਈ ਕਰ ਰਹੀਆਂ ਹੈਗੀਆਂ? ਜਿਵੇਂ ਇੱਕ ਸਾਈਡ ਕਹਿੰਦੇ ਨੇ ਵੀ ਜੇਲ੍ਹ ਦੇ ਵਿੱਚ ਚਿੜੀ ਵੀ ਨਹੀਂ ਫਰਕ ਸਕਦੀ ਹੈਗੀ, ਚਾਹੇ ਤਿਹਾੜ ਜੇਲ੍ਹ ਦੀ ਗੱਲ ਹੋਵੇ ਜਾਂ ਹੋਰ ਜੇਲ੍ਹਾਂ ਹੋਣ। ਦੇਖੋ, ਮੈਂ ਤਾਂ ਪਹਿਲਾਂ ਹੀ ਜਿੱਦਾਂ ਮੇਰੀ ਉਹਦੇ ਰਾਹੁਲ ਜੀ ਨਾਲ ਵੀ ਗੱਲ ਹੋਈ, ਮੈਂ ਉਹਨਾਂ ਨੂੰ ਵੀ ਇਹੀ ਗੱਲ ਕਹੀ ਸੀ ਵੀ 268 ਲਾ ਕੇ ਗੁਜਰਾਤ ਰੱਖਣ ਦਾ ਮਤਲਬ ਕੀ ਹੈ, ਉਹਨੂੰ ਸੇਫ ਕਰਨਾ ਹੀ ਹੈ। ਇੰਨਾ ਉਹ ਕ੍ਰਾਈਮ ਪੰਜਾਬ 'ਚੋਂ ਕਰਕੇ ਜਾ ਕੇ ਬੈਠ ਕੇ ਉਹਨੂੰ ਜੇਲ੍ਹ 'ਚ ਜਾ ਕੇ ਰੱਖਿਆ ਜਾ ਰਿਹਾ ਹੈ ਗੁਜਰਾਤ ਦੀ ਦੇ ਵਿੱਚ। ਤਾਂ ਹੁਣ ਗੁਜਰਾਤ ਜੇਲ੍ਹ ਦੇ ਵਿੱਚੋਂ ਵੀ ਆਹ ਦੇਖੋ 16 ਤਰੀਕ ਦੀ ਸਾਰੀ ਇਹ ਵੀਡੀਓ ਕਾਲ ਹੈ, ਈਦ ਮੁਬਾਰਕ ਦੇ ਰਿਹਾ ਸਾਰੀ ਗੱਲਬਾਤ ਉਹਦੀ। ਆਮ ਨੋਰਮਲ ਜਿੱਦਾਂ ਆਪਾਂ ਵੀਡੀਓ ਕਾਲਾਂ ਕਰਦੇ ਹਾਂ ਇੱਕ ਦੂਸਰੇ ਨੂੰ, ਇੰਨੀ ਸਾਰੀ ਆਜ਼ਾਦੀ ਉਹਦੇ ਕੋਲ ਹੈ, ਕਸਟਡੀ ਨਾਂ ਦੀ ਚੀਜ਼ ਉਹਦੇ ਕੋਈ ਇੱਦਾਂ ਦੀ ਲੱਗ ਨਹੀਂ ਰਹੀ ਇਸ ਗੱਲ 'ਚੋਂ। ਅਤੇ ਜਿਹੜਾ ਸਾਰਾ ਕਾਲਾ ਕਾਰੋਬਾਰ ਉਹ ਬਹੁਤ ਬੇਡਰ ਬਖੂਬੀ ਚਲਾ ਰਿਹਾ ਸਾਰੇ ਸਿਸਟਮ। ਜਿਹੜੀਆਂ ਪਹਿਲਾਂ ਇੰਟਰਵਿਊਜ ਹੋਈਆਂ ਨੇਗੀਆਂ ਜੇਲ੍ਹਾਂ ਦੇ ਵਿੱਚ, ਤੁਸੀਂ ਹਾਈ ਕੋਰਟ ਦੇ ਵਿੱਚ ਜਿਹੜੀ ਅਪੀਲ ਕੀਤੀ ਸੀ, ਰੁੱਖ ਕੀਤਾ ਸੀ ਹਾਈ ਕੋਰਟ ਦਾ, ਉਹਦੇ ਵਿੱਚ ਕੀ ਕਿੱਥੋਂ ਤੱਕ ਪਹੁੰਚਿਆ ਸਟੇਟ ਸੀ? ਹਾਈ ਕੋਰਟ ਨੇ ਦੋ ਵਾਰ ਮਾਂਜੋ ਕੋਰਟ ਨੇ ਉੱਤੇ ਐਕਸ਼ਨ ਲਿਆ, FIR ਦਰਜ ਕਰਤੀਆਂ, ਉਹ ਵੀ ਅਣਪਛਾਤਿਆਂ ਦੇ ਖਿਲਾਫ਼ ਕਰਤੀਆਂ। ਕਿਸੇ ਦੋਸ਼ੀ ਦਾ ਨਾਮ ਤਾਂ ਇਹਨਾਂ ਨੇ ਸਰਕਾਰ ਨੇ ਪਾਉਣਾ ਹੀ ਨਹੀਂ ਵਿੱਚ ਉਹਦੇ। ਫਿਰ ਇਸੇ ਤੋਂ ਤਾਂ ਮੈਨੂੰ ਲੱਗਦਾ ਨਾ ਵੀ ਨੈਕਸਸ ਹੈ, ਇਹ ਕਿਸੇ ਵੀ ਵਿਅਕਤੀ ਨੂੰ ਟਾਰਗੇਟ ਨਹੀਂ ਕਰਨਾ ਚਾਹੁੰਦੇ। ਜਿਹੜਾ ਜਦੋਂ ਇਹਦੀਆਂ ਪਰਤਾਂ ਖੁੱਲ੍ਹਣਗੀਆਂ, ਕਾਫ਼ੀ ਨਾਮੀ ਗ੍ਰਾਮੀ ਬੰਦੇ, ਕਾਫ਼ੀ ਪੋਲੀਟੀਸ਼ਨ, ਕਈ ਕੁਛ ਨਿਕਲਣਾ ਇਸ ਗੱਲ ਦੇ ਵਿੱਚੋਂ। ਤਾਂ ਜੇ ਉਹ ਨੈਕਸਸ ਟੁੱਟੇ ਤਾਂ ਫਿਰ ਹੀ ਉਹਦੇ 'ਚੋਂ ਗੱਲ ਨਿਕਲੇ ਪੂਰੀ। ਇਸੇ ਕਰਕੇ ਤਾਂ ਆਪਾਂ ਨੂੰ ਜਸਟਿਸ ਵਾਲਾ ਜਿਹੜਾ ਮਸਲਾ ਆਪਣਾ ਲਟਕ ਰਿਹਾ, ਕਿਉਂਕਿ ਆਪਾਂ ਜਿਹੜਾ ਕਾਰਵਾਈ ਕਰਨੀ ਹੈ ਸਟੇਟ ਦੇ ਸਿਰ 'ਤੇ ਕਰਨੀ ਹੈ, ਗੌਰਮੈਂਟ ਦੇ ਸਿਰ 'ਤੇ ਕਰਨੀ ਹੈ, ਅਤੇ ਸਰਕਾਰਾਂ ਉੱਧਰ ਰਲੀਆਂ ਹੋਈਆਂ ਨੇ, ਤਾਂ ਕਿਹਨੇ ਜਸਟਿਸ ਕਿਹਨੇ ਦੇਣਾ? ਭਾਈ ਵਿਕਰਮ ਮਜੀਠੀਆ ਨੇ ਦੋਸ਼ ਲਾਏ ਆ ਵੀ ਅੱਜ ਹੋਮਲੈਂਡ ਵਾਲਾ ਅਤੇ ਜਿਹੜੇ ਮੁੱਖ ਮੰਤਰੀ ਪੰਜਾਬ ਦੇ ਇਰਦ ਗਿਰਦ ਹੈ ਵੀ ਉਹ ਵੀ ਮੰਥਲੀਆਂ ਕਰੋੜਾਂ 'ਚ ਜਿਹੜਾ ਲਾਰੈਂਸ ਮਿਸ਼ਨਰੀ ਨੂੰ ਦੇ ਰਿਹਾ, ਅਤੇ ਉਹਨੂੰ ਕਿਵੇਂ ਦੇ ਰਹੇ ਸੀ? ਦੇਖੋ ਤੁਸੀਂ, ਪਿੱਛੇ ਜੇ NIA ਨੇ ਜਿਹੜੀ ਤੁਸੀਂ ਰਿਪੋਰਟ ਸਾਰੀ ਵੇਖੀ, ਉਹਦੇ 'ਚ 22 ਨੇਮ ਸਾਰੇ ਬਿਲਡਰ, ਉਹਦੇ 'ਚ ਮੋਹਾਲੀ ਦੇ ਵੀ ਹੈ, ਉਹਦੇ 'ਚ ਮਲੋਟ ਦੇ ਵੀ ਹੈ, ਸਾਡੀ ਮਾਨਸਾ ਦੇ ਵੀ ਇੱਕ ਬੰਦੇ ਦਾ ਨਾਮ ਸੀ ਉਹਦੇ ਵਿੱਚ, ਉਹਨੂੰ ਦੇਖੇ ਹੀ ਆ 22 ਨੇਮ, ਕੋਈ ਗੱਲ ਹੁਣ ਲੁਕੀ ਛੁੱਪੀ ਤਾਂ ਹੈ ਹੀ ਨਹੀਂ ਹੈ। ਕਿਹੜਾ ਬੰਦਾ ਕਿੰਨੇ ਪੈਸੇ ਦੇ ਰਿਹਾ, ਸਭ ਦੇ 22 ਨੇਮ NIA ਨੇ ਤੁਹਾਡੇ ਨੈੱਟ 'ਤੇ ਪਾਇਆ ਹੋਇਆ ਸਾਰਾ ਕੁਛ, ਤੁਹਾਡੇ ਕੋਲ ਸਾਰਿਆਂ ਕੋਲ ਰਿਪੋਰਟਾਂ ਉਹਦੀਆਂ ਹੈਗੀਆਂ ਨੇ। ਪਰ ਇਹ ਥੋੜ੍ਹੀ ਵੀ ਕਿਸੇ ਨੂੰ ਕਿਸੇ ਗੱਲ ਦਾ ਪਤਾ ਨਹੀਂ ਹੈਗਾ, ਪਤਾ ਸਾਰਾ ਕੁਛ ਹੈ ਪਰੰਤੂ ਕੋਈ ਕਾਰਵਾਈ ਨਹੀਂ ਕਰਨੀ ਚਾਹੁੰਦਾ। ਜਾਂ ਤਾਂ ਇਹ ਹੈ ਵੀ ਇਹ ਲੋਕ ਭਾਈ ਉਹਨਾਂ ਤੋਂ ਪੈਸੇ ਦੀ ਕਮਾਈ ਕਰ ਰਹੇ ਨੇ, ਕਿਉਂਕਿ ਲੁੱਟਦੇ ਉਹ ਨੇ ਕਰੋੜਾਂ ਦੇ ਵਿੱਚ, ਤਾਂ ਉਹਦਾ ਹਿੱਸਾ ਪੱਤੀ ਇਹਨਾਂ ਕੋਲ ਜਾਂਦਾ, ਹੋ ਸਕਦਾ ਇਸੇ ਕਰਕੇ ਕਾਰਵਾਈ ਨਹੀਂ ਹੋ ਰਹੀ। ਅਤੇ ਨਹੀਂ ਤਾਂ ਕਸਟਡੀ ਦੇ ਵਿੱਚ ਬੰਦਾ ਹੋਵੇ ਤਾਂ ਉਹ
ਫੋਨ ਕਿੱਦਾਂ ਯੂਜ ਕਰਦੇ ਜਾਂ ਕੋਈ ਕਰੇ, ਇਹ ਰਲੀ ਮਿਲੀ ਗੱਲ ਹੈ ਸਾਰੀ। ਪੰਜਾਬ ਦੀ ਆਪਾਂ ਗੱਲ ਕਰੀਏ, ਪਹਿਲਾਂ ਤਾਂ ਪੰਜਾਬ ਦੇ ਵਿੱਚ ਉਹਨਾਂ ਦੀ ਇੰਟਰਵਿਊ ਹੋਈ ਸੀਗੀ, ਹੁਣ ਤਾਂ ਪਾਕਿਸਤਾਨ ਨਾਲ ਸਿੱਧੀਆਂ ਗੱਲਾਂ ਹੋਣ ਲੱਗ ਗਈਆਂ, ਕਿਵੇਂ ਦੇਖਦੇ ਹੋ ਪਾਕਿਸਤਾਨ 'ਚ ਵੀ ਸਿੱਧੀ ਗੱਲ? ਦੇਖਣਾ ਜੀ, ਇੱਕ ਤਾਂ ਮਹੱਤਰ ਧਮਾਤਰ ਦਾ ਫੋਨ ਮਿਲਿਆ ਹੁੰਦਾ ਨਾ, ਦੇਸ਼ ਧਰੋਹ ਦਾ ਪਰਚਾ ਦੇ ਦਿੰਦੇ ਹੁਣ, ਦੁਸ਼ਮਣ ਦੇਸ਼ ਨਾਲ ਜੇ ਗੱਲ ਕਰ ਦਿਓ, ਫਲਾਨੀ ਗੱਲ ਕਰ ਦਿਓ। ਤੁਸੀਂ ਦੇਖ ਲਓ, ਆ ਤੁਹਾਡੇ ਸਾਹਮਣੇ ਆ ਸਾਰੇ ਮੀਡੀਆ ਦੇ ਉੱਤੇ ਇਹ ਗੱਲ ਆ ਗਈ, ਕੀ ਇਹਦੇ ਅਸਰ ਹੋਊਗਾ? ਕੋਈ ਇੱਕ ਵੀ ਐਕਸ਼ਨ ਇਹਦੇ ਹੋ ਜੇ 0% ਵੀ, ਤੁਸੀਂ ਵੇਖ ਲਓ ਕੱਖ ਨਹੀਂ ਹੋਣਾ। ਮਤਲਬ ਉਹ ਇਹ ਚੀਜ਼ ਨੂੰ ਸਗੋਂ ਪ੍ਰਚਾਰ ਕੇ ਦੱਸਣਾ ਚਾਹੁੰਦੇ ਆ ਵੀ ਉਹ ਜਿਸ ਤਰ੍ਹਾਂ ਪਹਿਲਾਂ ਅੰਡਰਵਰਲਡ ਦੇ ਬੰਦੇ ਬਹੁਤ ਸਟਰੋਂਗ ਹੁੰਦੇ ਸੀ, ਤਾਂ ਵੀ ਇਹ ਬਿਸ਼ਨੋਈ ਵੀ ਇੰਨਾ ਜ਼ਿਆਦਾ ਸਟਰੋਂਗ ਹੈ, ਤਾਂ ਹੀ ਤੁਸੀਂ ਲੋਕ ਪੈਸੇ ਦਿਓਗੇ, ਤਾਂ ਹੀ ਕਾਰੋਬਾਰੀ ਡਰੂਗਾ ਉਹਨਾਂ ਤੋਂ, ਤਾਂ ਮੇਰਾ ਖਿਆਲ ਉਹਦੀ ਇੱਕ ਐਡ ਹੀ ਹੈ ਇਹ, ਹੋਰ ਕੁਛ ਨਹੀਂ ਇਸ ਗੱਲ ਦੇ। ਹੁਣ ਫਿਰ ਕਿੱਥੇ ਹਾਰ ਲਗਾਉਂਗੇ, ਕਿਉਂਕਿ ਪਹਿਲਾਂ ਵੀ ਪੰਜਾਬ 'ਚੋਂ ਜਿਹੜੀ ਇੰਟਰਵਿਊ ਸੀ ਉਹਦੀ ਹਾਰ ਬੇਟਾ ਲਗਭਗ ਸਭ ਜਗ੍ਹਾ 'ਤੇ ਲਾ ਕੇ ਵੇਖ ਲਈ ਆ, ਪਰਮਾਤਮਾ ਅੱਗੇ ਸੱਚੇ ਪਾਤਸ਼ਾਹ ਦੇ ਅੱਗੇ, ਅਤੇ ਉਹ ਜ਼ਰੂਰ ਜਸਟਿਸ ਦੇਊਗਾ, ਜਿੱਦਾਂ ਥੋੜ੍ਹੀ ਜਿਹੀ ਰਾਹਤ ਘਰ ਆਪਾਂ ਨੂੰ ਘਰੇ ਦਿੱਤੀ ਹੈ। ਇਸ ਤਰ੍ਹਾਂ ਹੋ ਸਕਦਾ ਕੱਲ੍ਹ ਨੂੰ ਮਾਲਕ ਆਪਣੀ ਸੁਣੇ ਜਿਹੜਾ ਨਜਾਇਜ਼ ਧੱਕਾ ਆਪਣੇ ਨਾਲ ਹੋਇਆ ਹੈ, ਤਾਂ ਵਾਹਿਗੁਰੂ ਹੀ ਹੈ ਜੀ। ਇਹਨਾਂ ਲੀਡਰਾਂ ਅਤੇ ਸਰਕਾਰਾਂ 'ਤੇ ਕੋਈ ਉਮੀਦ ਤਾਂ ਹੈ ਨਹੀਂ ਹੈਗੀ, ਠੀਕ ਹੈ, ਕੋਰਟ ਦੀ ਲੜਾਈ ਹੈ, ਉਹ ਲੜਦੇ ਰਹਾਂਗੇ ਜਿੰਨੀ ਕੁ ਲੜੀ।